ਯਾਰ ਪੁਲਿਸ ਵਾਲਿਆਂ ਨੇ ਫੜ ਲਿਆ ਮੋਟਰਸਾਈਕਲ ਯਾਰ ਗਿਫਟ ਕੀਤੀ ਸੀਗੀ ਦੇਖ ਸਕਦੇ ਹੋ ਤੁਸੀਂ ਕਿੰਨੀ ਘੈਂਟ ਆ ਤੋਲੀਆ ਫੜਾਈ ਮਾੜਾ ਜਿਹਾ ਮੈਂ ਨਹਾ ਰਿਹਾ ਸੀਗਾ ਤੋਲੀਆ ਫੜਾਈ ਯਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਅਮਨ ਜਗਨਾ ਯੂਟਿਊਬ ਚੈਨਲ ਤੇ ਅੱਜ ਮੈਂ ਕੀ ਕਰਨਾ 24 ਆਰ ਦੇ ਵਿੱਚ ਮੈਂ ਆਪਦੇ ਬ੍ਰਦਰ ਤੇ ਪ੍ਰੈਂਕ ਕਰਨੇ ਆ ਜਿੰਨੇ ਹੋ ਸਕੇ ਉਨੇ ਪ੍ਰੈਂਕ ਕਰਨੇ ਆ ਤੇ ਇੱਕ ਵੀ ਪ੍ਰੈਂਕ ਮੈਂ ਫੇਲ ਨਹੀਂ ਹੋਣ ਦੇਣਾ ਤੇ ਸਭ ਨੂੰ ਪਹਿਲਾ ਪ੍ਰੈਂਕ ਹੀ ਬੜਾ ਘੈਂਟ ਆ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਜੇ ਵਧੀਆ ਲੱਗੀ ਤਾਂ ਲਾਈਕ ਕਰਨਾ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰਨਾ ਤੇ ਥੱਲੇ ਕਮੈਂਟ ਕਰਕੇ ਦੱਸਣਾ ਆਪਦਾ ਫੇਵਰਿਟ ਪਾਰਟ ਠੀਕ ਆ ਜਿਵੇਂ ਕਿ ਯਾਰ ਤੁਹਾਨੂੰ ਸਾਰਿਆਂ ਜਣਿਆਂ ਨੂੰ ਪਤਾ ਹੀ ਆ ਕਿ ਮੇਰੇ ਬਰਥਡੇ ਤੇ ਮੇਰੇ ਭਰਾ ਨੇ ਮੈਨੂੰ ਸਪਲੈਂਡਰ ਮੋਡੀਫਾਈ ਕਰਕੇ ਗਿਫਟ ਕੀਤੀ ਸੀਗੀ ਦੇਖ ਸਕਦੇ ਹੋ ਤੁਸੀਂ ਕਿੰਨੀ ਘੈਂਟ ਆ ਤੇ ਮੈਂ ਇੱਕ ਇਦਾਂ ਦੀ ਪ੍ਰੈਂਕ ਕਰਨਾ ਵਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਹੈਲੋ ਹੈਲੋ ਹਰਸ਼ ਕਿੱਥੇ ਘਰੇ ਆ ਯਾਰ ਮਨ ਮਾੜਾ ਜਾਏਗਾ ਯਾਰ ਪੰਗਾ ਜਿਹਾ ਪੈ ਗਿਆ ਮਾੜਾ ਜਿਹਾ ਉੱਥੇ ਝਾਂਸਰਾਣੀ ਚੌਂਕ ਚ ਆਏਗਾ ਯਾਰ ਪੁਲਿਸ ਵਾਲਿਆਂ ਨੇ ਫੜ ਲਿਆ ਮੋਟਰਸਾਈਕਲ ਯਾਰ ਲਿਖਿਆ ਹੀ ਨੀ ਇਹਨਾਂ ਦੇ ਯਾਰ ਮੋਟਰਸਾਈਕਲ ਤੇ ਥੋੜੀ ਹਾਂ ਹਾਂ ਭਰਾਵਾ ਦੀ ਵਰਦੀ ਤੇ ਪਲੇਟ ਹੋਊਗੀ ਇੱਕ ਉਥੋਂ ਨਾ ਪੜ ਲਾ ਪਤਾ ਲੱਗ ਜੂ ਬੰਦਾ ਕੋਣ ਆ ਜਾਣ ਪਛਾਣ ਵਾਲਾ ਹੈਗਾ ਕਿ ਨਹੀਂ ਲਿਖਿਆ ਹੀ ਨਹੀਂ ਯਾਰ ਨਾਮ ਤੁਸੀਂ ਆ ਜਾਓ ਯਾਰ ਰੋਕਿਆ ਕਿੱਥੇ ਆ ਚਾਂਸਰਾਣੀ ਚੌਂਕ ਮੈਂ ਭਰਾਵਾ ਨਹਾਉਣ ਲੱਗਾ ਹੀ ਕੱਪੜੇ ਲਾਈ ਬੈਠਾ ਆਉਣਾ ਫਿਰ ਚੱਲ ਕੋਈ ਗੱਲ ਗਲਤ ਹੋਣਾ ਹਾਂ ਕੋਈ ਗੱਲ ਤਾਂ ਕਰਾ ਦੇ ਇੱਕ ਵਾਰੀ ਗੱਲ ਉਹ ਭਰਾਵਾ ਮੈਨੂੰ ਬੋਲਣਗੇ ਮੈਂ ਮਾੜਾ ਜਿਹਾ ਇੱਧਰ ਨੂੰ ਆਇਆ ਵਾਂ ਹੁਣ ਮਾੜਾ ਜਿਹਾ ਨਾਲ ਕੌਣ ਹੋਰ ਏਕਮ ਆ ਏਕਮ ਦੀ ਕਿਤਾਬਾਂ ਲੈਣ ਆਉਣੀ ਲੈਣ ਆਏ ਸੀਗੇ ਇਹਦੀ ਮੰਮੀ ਨੇ ਕਿਹਾ ਸੀਗਾ ਕਿਤਾਬਾਂ ਲੈ ਆਓ ਬੁੱਕ ਸਟਾਲ ਤੋਂ ਹਾਂ ਕੋਈ ਨਹੀਂ ਚੱਲ ਆ ਗਿਆ ਮੈਂ ਚੱਲ ਆ ਜਾ ਯਾਰ ਹੁਣ ਉਹ ਆਊਗਾ ਹੁਣ ਮੇਰੇ ਖਿਆਲ ਨਾਲ ਇੱਥੋਂ ਘਰੋਂ ਨਿਕਲੂਗਾ ਘਰ ਦਿਖਾ ਦੇ ਆਪਣੇ ਘਰ ਸਾਹਮਣੇ ਹੀ ਆ ਬਸ ਇੰਨੇ ਵੀ ਦਿਖਾਉਣੇ ਤੇ ਗਾਈਜ਼ ਪਹਿਲਾ ਪ੍ਰੈਂਕ ਵੀ ਆਪਣਾ ਸਕਸੈਸਫੁਲ ਹੋ ਚੁੱਕਿਆ ਉਹ ਮੰਨ ਗਿਆ ਕਿ ਹਾਂ ਸੱਚੀ ਰੋਕਿਆ ਹੋਇਆ ਵਾ ਬਸ ਜਦੋਂ ਉਹ ਇੱਧਰ ਘਰੋਂ ਬਾਹਰ ਨਿਕਲੂਗਾ ਮੈਂ ਉਹਨੂੰ ਦੱਸ ਦੇਣਾ ਵੀ ਨਹੀਂ ਇੱਦਾਂ ਦਾ ਕੁਛ ਨਹੀਂ ਹੈਗਾ ਉਹ ਨਹਾਉਣ ਲੱਗਿਆ ਸੀਗਾ ਉਹਨੂੰ ਟਾਈਮ ਲੱਗ ਜਾਣਾ ਮੇਰੇ ਖਿਆਲ ਨਾਲ ਹਜੇ ਤੇ ਚਲੋ ਹੁਣ ਆਪਾਂ ਸਿੱਧਾ ਹੀ ਮੈਂ ਕਹਿੰਦਾ ਘਰੀ ਚੱਲਦੇ ਹਾਂ ਤੇ 10 ਵਜੇ ਤੋਂ ਆਪਣਾ ਚੈਲੰਜ ਸਟਾਰਟ ਹੋ ਚੁੱਕਿਆ ਵਾ ਤੇ ਇੱਕ ਪ੍ਰੈਂਕ ਆਪਾਂ ਕਰਤਾ ਹੋਇਆ ਵਾ ਤੇ ਦੂਜਾ ਪ੍ਰੈਂਕ ਵੀ ਤਿਆਰ ਆ ਤੇ ਚਲੋ ਹੁਣ ਆਪਾਂ ਘਰੇ ਚੱਲਦੇ ਹਾਂ ਤੇ ਦੂਜਾ ਪ੍ਰੈਂਕ ਕਰਦੇ ਹਾਂ ਬਹੁਤ ਘੈਂਟ ਲੱਗੂਗਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਪੁਲਿਸ ਨੇ ਫੜ ਲਿਆ ਯਾਰ ਮੈਨੂੰ ਨਾਲੇ ਬਹੁਤ ਤਗੜੀ ਪੁਲਿਸ ਆ ਹਨਾ ਦੇਖਦਾ ਹੀ ਜੈਡ ਸਿਕਿਉਰਿਟੀ ਨੇ ਫੜਿਆ ਪੂਰੀ ਨੇ ਕਹਿੰਦੇ ਲੈਟਾਂ ਕਦੋਂ ਦਗਾਈਆਂ ਕਹਿੰਦੇ ਮੋਡੀਫਾਈ ਕਰਾਈ ਫਿਰਦਾ ਆਰਮੀ ਨੇ ਫੜ ਲਿਆ ਤੈਨੂੰ ਇਹਦਾ ਤੇ ਚਲੋ ਹੁਣ ਆਪਾਂ ਘਰੇ ਚੱਲਦੇ ਆ ਤੇ ਆਪਾਂ ਹੁਣ ਘਰੇ ਪਹੁੰਚ ਚੁੱਕੇ ਆ ਪ੍ਰੈਂਕ ਸਕਸੈਸਫੁਲੀ ਲੈ ਆ ਗਏ ਜੀ ਘਰੋਂ ਤਾਂ ਬਾਹਰ ਅਗਲੀ ਚਾਲ ਲਈ ਤਿਆਰ ਹੋਇਓ ਮਤਲਬ ਪ੍ਰੈਂਕ ਲਈ ਤਿਆਰ ਹੋਇਓ ਅਗਲਾ ਪ੍ਰੈਂਕ ਬਾਲਾ ਘੈਂਟ ਆ ਉਹਨੇ ਐਕਸਪੈਕਟ ਹੀ ਨਹੀਂ ਕੀਤਾ ਹੋਣਾ ਕਿ ਮੇਰੇ ਨਾਲ ਇਦਾਂ ਦਾ ਕੁਝ ਹੋ ਸਕਦਾ ਵਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਤੇ ਚਲੋ ਹੁਣ ਆਪਾਂ ਅਗਲੇ ਪ੍ਰੈਂਕ ਲਾ ਵਰਦੇ ਆ ਸਬਜ਼ੀ ਲਿਆ ਥੱਲੇ ਜਾ ਕੇ
ਤਾਈ ਸੱਚ ਕਹਿੰਦੀ ਤਾਈ ਕਹਿੰਦੀ ਸਬਜ਼ੀ ਲਿਆਓ ਲਿਆਓ ਤਾਈ ਕਹਿੰਦੀ ਛੇਤੀ ਛੇਤੀ ਜਾਓ ਕੋਈ ਪ੍ਰਾਹੁਣੇ ਆਏ ਹੋਏ ਆ ਨਾਲ ਦੇ ਕਹਿੰਦੇ ਘਰੇ ਇੱਧਰ ਵੀ ਆਣਗੇ ਚੱਲ ਮੈਂ ਚੱਲਦਾ ਨਾਲ ਥੋਡੀ ਨੂੰ ਕੋਕਰੇ ਚ ਨਕਲੀ ਸੀ ਮੈਂ ਹੀ ਪਾਏ ਸੀਗੇ ਹਰਸ਼ ਦੀਪ ਉਹ ਖੀਰ ਬਣਾਈ ਆ ਖੀਰ ਖਾ ਲੋ ਥੱਲੇ ਆ ਕੇ ਖੀਰ ਖੀਰ ਬਣਾਈ ਆ ਹੋਰ ਕੀ ਡਿਨਰ ਤੇ ਬੁਲਾਇਆ ਤੈਨੂੰ ਮੈਂ ਯਾਰ ਜਿਹੜਾ ਮੈਂ ਹੁਣ ਪ੍ਰੈਂਕ ਕਰਨ ਲੱਗਾ ਨਾ ਬਾਹਲਾ ਘੈਂਟ ਆ ਇਹ ਸਵੇਰ ਦੇ 9 ਵਜੇ ਹੋਇਆ ਤੇ ਮੈਂ ਹੁਣ ਨਹਾਉਣ ਲੱਗਿਆ ਵਾਂ ਹਰਸ਼ ਉਹਨਾਂ ਦੀ ਨਿਗਾਹ 'ਚ ਮੈਂ ਨਹਾਉਣ ਲੱਗਿਆ ਵਾਂ ਹਰਸ਼ ਇੱਥੇ ਬੈਠਾ ਹੋਇਆ ਵਾ ਰੂਮ 'ਚ ਨਾਲ ਹੀ ਅਤੇ ਆਪਾਂ ਮੈਂ ਬਾਥਰੂਮ 'ਚ ਹਾਂ ਅਤੇ ਹਰਸ਼ ਨੂੰ ਜਿੰਮ ਜਾਂਦਾ ਹੁੰਦਾ ਇਸ ਟਾਈਮ ਤਾਂ ਕਰਕੇ ਉਹ ਬੈਠਾ ਹੋਇਆ ਵਾ ਅਤੇ ਮੈਂ ਹੁਣ ਪ੍ਰੈਂਕ ਕਰਨ ਲੱਗਾ ਬਹੁਤ ਘੈਂਟ ਇਹ ਆ ਪੀਨਟ ਬਟਰ ਠੀਕਾ ਅਤੇ ਤੁਸੀਂ ਹੁਣ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖੀ ਚੱਲੋ ਮੈਂ ਕੀ ਕਰਦਾ ਉਹਦੇ ਨਾਲ ਆਹ ਪੀਨਟ ਬਟਰ ਮੈਂ ਆਪਣੇ ਹੱਥ 'ਤੇ ਲਾ ਲਿਆ ਹੋਇਆ ਕਰਕੇ ਦੇਖੋ ਮਾੜਾ ਜਿਹਾ ਕੀ ਲੱਗ ਰਿਹਾ ਤੁਹਾਨੂੰ ਇਹ ਦੇਖਣ ਤੋਂ ਹੋਰ ਜੀ ਲੱਗ ਰਿਹਾ ਹੋਊਗਾ ਅਤੇ ਮੈਂ ਹਰਸ਼ ਤੋਂ ਹੁਣ ਤੋੜੀਆਂ ਮੰਗਦਾ ਦੇਖੀ ਚੱਲਿਓ ਹਰਸ਼ ਤੋਲੀਆ ਫੜਾਈ ਮਾੜਾ ਜਿਹਾ ਮੈਂ ਨਹਾ ਰਿਹਾ ਸੀਗਾ ਛੇਤੀ ਆਈ ਠੰਡ ਲੱਗੀ ਜਾਂਦੀ ਆ ਤੋਲੀਆ ਫੜਾਈ ਯਾਰ ਹੋਇਆ ਕੀ ਹੈ ਪ੍ਰੈਂਕ ਹੋ ਗਿਆ ਕੀ ਲੱਗ ਰਿਹਾ ਸੀ ਵੈਸੇ ਤੈਨੂੰ ਇਹ ਪ੍ਰੈਂਕ ਦੱਸ ਕਿੱਦਾਂ ਦਾ ਸੀਗਾ ਸਵੇਰੇ ਸਵੇਰੇ ਪ੍ਰੈਂਕ ਕਰਤਾ ਸਵੇਰੇ ਸਵੇਰੇ ਪ੍ਰੈਂਕ ਹੋ ਗਿਆ ਵਿਚਾਰੇ ਤੇ ਚੱਲ ਵਧੀਆ ਜਿਮ ਲੱਗੂਗੀ ਤੇਰੀ ਜਾਣਾ ਨੀ
ਇੱਥੇ ਕਦੋਂ ਬੈਠਾ ਸੀ ਫਿਰ? ਜਿਹੜਾ ਦਿਲ ਕੀਤਾ ਚੱਲਦਾ ਮੈਂ ਠੀਕ ਨਹੀਂ ਹੋਇਆ। ਚਲੋ ਗਾਈਜ਼ ਹੁਣ ਕਿੱਦਾਂ ਦਾ ਲੱਗਿਆ ਪ੍ਰੈਂਕ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਤ ਨਹੀਂ ਹੈਗਾ ਫਾਇਦਾ ਤੁਹਾਨੂੰ ਵੀ ਬਾਹਲਾ ਆਇਆ ਮਾਰਾ ਮੈਨੂੰ ਖਾਣੇ ਚ ਕਾਮ ਜਾਈ ਜੇ ਬੜਾ ਮੁੱਠ ਦੀ। ਤੇ ਚਲੋ ਹੋ ਜਾਊਗਾ ਠੀਕ ਪ੍ਰੇ ਕਰਿਓ ਸਾਰੇ ਜਾਣੇ। ਚਲੋ ਹੁਣ ਆਪਾਂ ਵੀ ਹੱਥ ਧੋ ਲਈਏ ਵੀ ਠੀਕ ਹੋ ਜਾਵੇ। ਠੀਕ ਆ ਮੈਂ ਦਵਾਈ ਲਾਣੀ। ਚਲੋ ਹੁਣ ਆ ਪਿਨਟ ਬਟਰ ਆਪਾਂ ਰੱਖ ਦਈਏ ਜਿੱਥੋਂ ਚੱਕਿਆ ਸੀਗਾ ਨਹੀਂ ਤਾਂ ਗਾਲਾਂ ਪੈ ਜਾਣੀਆਂ ਘਰਦਿਆਂ ਤੋਂ। ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ, ਅੱਜ ਦੀ ਨਹੀਂ ਮਤਲਬ ਕੱਲ ਦੀ ਵੀ ਤੇ ਅੱਜ ਦੀ ਵੀ। ਮਤਲਬ ਕੱਲ ਮੈਂ ਜਿਹੜੀ ਵੀਡੀਓ ਬਣਾਉਣੀ ਆ ਨਾ ਉਹ ਪ੍ਰੈਂਕ ਬੜਾ ਘੈਂਟਾ ਬਾਥਰੂਮ 'ਚ ਹੋਣਾ ਵਾ, ਉਹ ਵੈਸੇ ਤੁਸੀਂ ਦੇਖ ਹੀ ਲਿਆ ਹੋਣਾ, ਮੈਂ ਅੱਗੇ ਕਲਿੱਪ ਲਾਤੀ ਹੋਣੀ ਆ। ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੱਦਾਂ ਦੇ ਹੋਰ ਵਧੀਆ ਵਧੀਆ ਪ੍ਰੈਂਕਸ ਵੀਡੀਓਸ ਵੇਖਣ ਲਈ। ਤੇ ਦੱਸਿਓ ਕਮੈਂਟ ਕਰਕੇ ਨੈਕਸਟ ਪ੍ਰੈਂਕ ਕਿਹਦੇ ਨਾਲ ਕਰੀਏ। ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਲ ਤੇ ਕਰ ਲਿਓ ਤਾਂ ਜੋ ਮੇਰੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ। ਤੇ ਥੈਂਕ ਯੂ ਸੋ ਮੱਚ ਵੀਡੀਓ ਵੇਖਣ ਲਈ। ਤੇ ਮੈਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਓ, ਆਈ ਅਮਨ ਜਗਰਾਮ ਆਈਡੀਆ ਮੇਰੀ ਇੱਥੇ ਦਿੱਤੀ ਹੋਊਗੀ। ਥੈਂਕ ਯੂ ਸੋ ਮੱਚ ਵੀਡੀਓ ਵੇਖਣ ਲਈ।